ਹਰ ਸਮਝਿਆ ਨਾ ਬਾਦ ਫੋਨ ਕਰ ਦੇ ਕਹਿੰਦਾ ਥੋੜਾ ਸਰਪੰਚ ਕਰਾਉਗਾ ਸਰਪੰਚ ਤਾਂ ਤੁਹਾਡੀ ਵੀ ਹਿੱਕੇ ਨਹੀਂ ਹੁੰਦਾ 13000 ਦੀ ਜਗ੍ਹਾ ਲਈ ਹਾਂ ਮੈਂ ਇੱਕ ਛੱਤੀ ਚ ਮਕ ਤਾ ਮਾਰਿਆ ਜਨੇ ਕੁੜੀ ਨੇ ਤਾਂ ਦੱਛਾਤਾ ਹੈ ਆਹ ਆਏ ਕਿਆ ਜਾਣਤਾ ਹੈ ਕਿ ਬੱਚਿਆਂ ਵਿੱਚ ਮਾਵਾਂ ਦੀਆਂ ਆਤਮਾ ਰੂਹਾਂ ਵਸਦੀਆਂ ਨੇ ਮਾਂ ਦਿਨ ਰਾਤ ਇੱਕ ਕਰ ਦਿੰਦੀ ਹੈ ਜੇਕਰ ਬੱਚਾ ਬਿਮਾਰ ਹੋਵੇ ਅਸਵਸਥ ਹੋਵੇ ਤਾਂ ਉਸ ਨੂੰ ਸਵਸਥ ਬਣਾਉਣ ਦੇ ਲਈ ਦਿਨ ਰਾਤ ਇੱਕ ਉਮਾਂਵਾ ਕਰਦੀਆਂ ਨੇ ਬੱਚਿਆਂ ਨੂੰ ਮੁੰਡਿਆਂ ਨੂੰ ਦੁੱਧ ਨਾਲ ਪਾਲ ਕੇ ਉਸ ਤੋਂ ਬਾਅਦ ਆਪ ਪਾਣੀ ਨੂੰ ਵੀ ਦੱਸਦੀਆਂ ਨੇ ਅਜਿਹੀਆਂ ਹੀ ਮਾਵਾਂ ਸੋ ਇੱਕ ਅਜਿਹੀ ਮਾਂ ਸਾਡੇ ਨਾਲ ਮੌਜੂਦ ਹੈ ਜੋ ਕਿ ਦੋਨੋਂ ਅੱਖਾਂ ਤੋਂ ਅੰਨੇ ਨੇ ਪਰ ਉਹਨਾਂ ਨੂੰ ਉਹਨਾਂ ਦੇ ਬੱਚੇ ਨੇ ਵੀ ਨਹੀਂ ਆਪਣੇ ਘਰ ਰੱਖਿਆ ਸੋ 80 ਸਾਲਾਂ ਦੀ ਇਹ ਬਜ਼ੁਰਗ ਮਾਤਾ ਜੀ ਅੱਜ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਕੀ ਹਾਲਾਤ ਨੇ ਉਹਨਾਂ ਦੇ ਦੋਨੋਂ ਅੱਖਾਂ ਤੋਂ ਅੰਨ੍ਹੇ ਹੋਣ ਦੇ ਬਾਵਜੂਦ ਮਾਤਾ ਜੀ ਨੂੰ ਘਰੋਂ ਬਾਹਰ ਕੱਢਿਆ ਗਿਆ ਕਿ ਤਸ਼ੱਦਦ ਉਹਨਾਂ ਦੇ ਨਾਲ ਹੋਈ ਹੈ ਕਿਉਂ ਘਰੋਂ ਬਾਹਰ ਨਿਕਲ ਚੁੱਕੇ ਨੇ ਉਹਨਾਂ ਦੀ ਜ਼ੁਬਾਨੀ ਉਹਨਾਂ ਦੀ ਕਹਾਣੀ ਜਿਹੜੀ ਹੈ ਉਹ ਸੁਣਦੇ ਹਾਂ ਮਾਤਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਘਰੋਂ ਬਾਹਰ ਨਿਕਲੇ ਹੋਏ ਹੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਘਰੋਂ ਬਾਹਰ ਨਿਕਲੇ ਹੋ ਦਾ ਤਾਂ ਪਿਤਾ 8 ਮਹੀਨੇ ਹੋ ਗਏ ਸਾਨੂੰ ਮਕਾਨ ਚੋਂ ਨਿਕਲੇ ਆਨ ਮਕਾਨ ਚੋਂ ਨਿਕਲੇ ਨੂੰ 8 ਮਹੀਨੇ ਹੋ ਗਏ ਸੋ ਕਿੱਥੇ ਰਹਿ ਰਹੇ ਹੋ ਇਨਾ 8 ਮਹੀਨਿਆਂ ਅਸੀਂ 4 ਮਹੀਨੇ ਥਰੀਕ ਹੀ ਰਹੇ 4 ਇੱਥੇ ਹੋ ਗਏ ਸੋ 4 ਮਹੀਨੇ ਹੋ ਗਏ ਇੱਥੇ ਰਹਿੰਦੇ ਆਨ ਆਸ ਮਕਾਨ ਚ ਇੱਕੀ ਦਾ ਮਕਾਨ ਹੈ ਇਹ ਇਹ ਸਾਡੇ ਕ ਮੰਡੀਆਂ ਦਾ ਬਾਹਰ ਵਾਲੇ ਬੋਲਦੇ ਨੇ ਉਹਨਾਂ ਨੂੰ ਭਜੜੇ

ਨਹੀਂ ਨਾ ਤਾਂ ਆਏ ਸੀ ਤਰੀਕਿਆਂ ਤੋਂ ਅੱਛਾ ਸਮਾਨ ਲੈ ਕੇ ਸਾਡੇ ਆਉਂਦੇ ਤਾਂ ਜਿੰਦਾ ਲੱਗਿਆ ਹੋਇਆ ਸੀ ਅੱਛਾ ਤੇ ਤੁਸੀਂ ਨਹੀਂ ਕਿਹਾ ਮੂਹਰੇ ਮੂਹਰੇ ਘਰ ਨੂੰ ਅੰਦਰ ਲੈ ਪਾ ਚੇ ਹੂੰ ਉਹ ਉਹ ਜਦ ਫਿਰ ਜਦ ਉਹ ਜਿੰਦਾ ਲੱਗਿਆ ਸਮਾਨ ਸਮਾਨ ਕਿੱਥੇ ਰੱਖੀਏ ਜਾਂ ਪੁਰਥਾੜੇ ਹਨ ਸੱਧਿਆ ਹੂੰ ਕਹਿੰਦੇ ਉਹ ਪੈਂਚਣੀ ਬਣੀ ਹੋਈ ਹੈ ਉਹ ਛੋਟੀ ਵਾਲੀ ਦੇ ਰਾਹ ਤੇ ਰਹਿੰਦੇ ਨੇ ਉਹਨਾਂ ਦਾ ਮਕਾਨ ਕਹਿੰਦੇ ਯੰਦਾਨੀ ਕੋਲਣਾ ਕਾਂਗਰਸ ਦਾ ਰਾਜ ਅੱਛਾ ਇਹ ਕੀ ਆ ਗਿਆ ਫਿਰ ਫਿਰ ਤੁਸੀਂ ਗੰਗਿਆ ਦਰਖਾਸਤ ਲਿਖਾ ਕੇ ਆਓ ਹੂੰ ਅੱਛਾ ਲਿਖਾਉਣ ਹਾਂ ਥਾਣੇਦਾਰ ਤੋਂ ਮਿਲਿਆ ਨਾ ਮਾਦੇ ਫੋਨ ਕਰ ਦੇ ਕਹਿੰਦਾ ਥੋੜਾ ਸਰਪੰਚ ਕਰਾਊਗਾ ਸਰਪੰਚ ਤਾਂ ਸਾਡੀ ਵਿਹਚੇ ਨਹੀਂ ਆਉਂਦਾ ਅੱਛਾ ਅਬ ਫਿਰ ਇਹਦਾਗਾ ਘਟਨਾ ਕਰ ਅੱਛਾ ਹਾਂ ਮੈਨੂੰ ਕੋਈ ਗੱਲਬਾਤ ਨਹੀਂ ਪੁੱਛਦੇ ਹੈ ਕੋਈ ਗੱਲਬਾਤ ਨਹੀਂ ਪੁੱਛਦੇ ਤੁਹਾਨੂੰ ਨਾ ਸੋ ਬੀਬੀ ਜੀ ਜਿਹੜਾ ਤੁਹਾਡਾ ਮਕਾਨ ਹੈ ਉਹ ਕਿਹਦੇ ਨਾਂ ਤੇ ਹੈ ਜਿਸ ਮਕਾਨ ਵਿੱਚ ਤੁਸੀਂ ਕਹਿ ਰਹੇ ਜਿੰਦੇ ਲਾ ਦਿੱਤੇ ਆ ਕਿਹਦੇ ਨਾਂ ਤੇ ਮੇਰੇ ਨਾਂ ਤੇ ਤੁਹਾਡੇ ਨਾਂ ਤੇ ਮੈਂ ਹੀ ਤੁਹਾਨੂੰ ਧੱਸੀ ਦਾ ਨਹੀਂ ਮੈਂ 13000 ਦੀ ਜਗਾ ਲਈ ਤੀ ਅੱਛਾ ਸੱਤਾਂ ਸਾਲਾਂ ਮਗਰੋਂ ਫੇਰੇ ਬਣਾਇਆ ਹੂੰ ਮੇਰਾ ਇੱਕ ਬੜਾ ਕਾਕਾ ਗੁਜਰ ਗਿਆ ਥੀ ਇਹੇ ਜਿੰਨਾ ਤੇ ਜਿੰਨਾ ਦਾ ਇਹ ਜਗਾ ਥੀ ਉਹ ਦੋਹੀ ਪਾਈ ਛੜੇ ਸੀਗੇ ਗੁਰਦੁਆਰੇ ਦੇ ਨਾਲ ਉਹ ਸਾਰਾ ਕੁਝ ਕਰ ਗਿਆ ਆਪਣਾ ਅੱਛਾ ਹਾਂ ਉਹ ਬਜ਼ੁਰਗ ਦੋ ਨੇ ਤੁਰ ਗਈ ਉਹ ਸਰਪੰਚ ਨੇ ਮੋਲੀ ਤੇ ਇਹ ਜਗਾ ਜਿੱਥੇ ਲੰਗਰ ਘਰ ਬਣਿਆ ਗੁਰਦੁਆਰਾ ਉਹਨਾਂ ਦੇ ਗੁਰਦੁਆਰੇ ਵਿੱਚ ਵੀ ਜਗਾ ਉਹਨਾਂ ਦੀ ਉਹ ਲੰਗਰ ਘਰ ਪਰੇ ਬਣਿਆ ਜਿਹੜਾ ਸਾਰਾ ਉਹਨਾਂ ਦਾ ਉਹ ਜਿਹੜੇ ਬਜ਼ੁਰਗ ਪਰਦੀ ਅੱਛਾ ਉਹ ਜਗਾ ਸਾਰੀ ਉਹਨਾਂ ਦੀ ਤੁਹਾਡੇ ਤਿੰਨ ਬੱਚੇ ਸੀ ਯਾਨੀ ਕਿ ਤਿੰਨ ਮੁੰਡੇ ਸੀ ਇੱਕ ਕੁੜੀ ਹੈ ਤੁਹਾਡੀ ਹੈ ਤਿੰਨ ਮੁੰਡੇ ਇੱਕ ਕੁੜੀ ਤੁਹਾਡੀ ਹਾਂ ਨਾ ਕਾਕਾ ਹੋਏ ਉਹ ਤੇ 5 ਸਾਲ ਛੋਟੀ ਹੈ ਹੂੰ ਫੇਰ ਕਾਕਾ ਹੋਏ ਇਹ ਤਾਂ ਛੋਟਾ 8 ਸਾਲ ਛੋਟਾ ਹੂੰ ਇਹ ਦੂਜਾ ਹੈ 8 ਉਹ ਤਾਂ ਫੇਰ 5 ਸਾਲ ਛੋਟਾ ਆ ਜਿਹੜਾ ਆਏਗਾ ਘਰ ਵਾਲਾ ਮੇਰਾ ਹੂੰ ਨੱਚਾ ਕਰਦਾ ਸੀ ਅੱਛਾ ਮੇਮਾ ਸਾਸ ਜੀ ਦੀ ਖਾਂਦਾ ਚ ਚਲਿਆ ਗਈ ਸੀ ਮੇਰੇ ਨਣਦੋ ਜੀ ਨੇ ਵਰਤੀ ਕਰਾਤਾ ਸੀ ਐਮਐਸ ਵਿੱਚ ਝਲੰਦਰ ਲਿਆਕੀ ਹੂੰ ਜੰਭੂ ਕੁਸ਼ਮੀਰ ਕਰਨੀ ਉਧਰ ਉਹਨਾਂ ਛਾ ਖਾਨ ਲੱਗ ਗਿਆ ਹੂੰ ਮੈਨੂੰ ਨਹੀਂ ਦਿੰਦਾ ਸੀ ਕੋਈ ਪੈਸਾ ਮੈਂ ਤਾਂ ਬੁੱਤ ਹੱਥਾਂ ਨਹੀਂ ਮਿਹਨਤ ਘਰ ਕਰ ਆਪਦੇ ਬੱਚੇ ਪਾਲੇ ਨਹੀਂ ਹੂੰ ਤੇ ਕਿੰਝਾ ਦੇ ਰਹਿੰਦੀ ਥੀ ਪਰ ਮਮਈ ਰਹਿਣਾ ਠੀਕ ਆ ਹੈਂ ਵੱਡਾ ਭਰਾ ਪਰਜਾਈ ਤੇ ਮਾਦੇ ਘਰ ਨਿਕਨੇ ਕਹਿਣਾ ਪਿਓ ਮਰ ਗਿਆ ਤੇ ਚਾਚਾ ਤੇ ਮੈਂ ਪੇਕੀ ਆਪਣੇ ਬੱਚੇ ਪਾੜੀ ਇੱਥੇ ਵੀ ਮਿਹਨਤ ਕਰਕੇ ਪਾ ਖਾਨੀ ਜੀ ਉੱਥੇ ਵੀ ਮਿਹਨਤ ਕਰਕੇ ਖਾਨੀ ਸੋ ਤੁਹਾਨੂੰ ਕਰੂੰ ਕਿਉਂ ਬਾਹਰ ਕੱਢਿਆ ਇਹ ਵੀ ਸੁਣਨ ਚਾਇਆ ਕਿ ਤੁਹਾਡੇ ਨਾਲ ਕਟਮਾਰ ਵੀ ਕੀਤੀ ਗਈ ਇਹਨੇ ਮਾਰ ਤਾਂ ਘਾਇ ਤਾਂ ਸੀ ਸਮਾਨ ਲੈ ਕੇ ਵਿਆਹ ਕਰਨਾ ਮਾਗਰ ਉਹ ਬਾਈ ਨਾਨੇ ਨਾਤਾ ਹਰਦਾਸ ਕਰਾ ਕੇ ਆਈ ਗੁਰਦੁਆਰੇ ਜਿੰਨੇ ਸਮਾਨ ਚ ਮੰਝੇ ਅਰ ਵਿਸਰੇ ਲੈ ਗਈ ਨਹੀਂ ਮੈਂ ਆਉਣਾ ਮੁੜ ਕੇ ਇਸ ਘਰ ਵਿੱਚ ਇੱਕ ਨਾਣਾ ਗੋ ਹੈ ਬਾਂਡੇ ਮਾਂਝ ਕੇ ਚਾੜੂ ਮਾਰ ਕੇ ਗਈ ਹੈ ਉਹ ਉਹ ਦਿਨੀ ਕੰਨੀ ਰਾਤ ਨੂੰ ਜਿੰਦਾ ਤੋੜ ਕੇ ਦੂ ਆਪ ਦਾ ਲਾ ਦੇ ਯਾਦਾ ਹੈ ਅਸੀਂ ਜਿੰਦੇ ਲੱਗੇ ਹੋਏ ਸੀ ਮੋਰਲੇ ਢੇਟ ਨੂੰ ਵੀ ਉਹ ਤਾਂ ਲੱਗੇ ਆ ਹੋਈ ਆ ਜੀ ਉਹਨੋਂ ਉਹਦਾ ਹੀ ਬਚੀ ਜਾਂਦਾ ਕਿ ਥੋੜਾ ਤੁਸੀਂ ਪੁੱਛਿਆ ਕਿ ਕਿਉਂ ਜਿੰਦੇ ਤੋੜ ਦਿੱਤੇ ਆ ਕਾ ਤੋ ਨਾ ਮੈਨੂੰ ਕਿਉਂ ਨਹੀਂ ਵਾੜ ਦੇ ਅੰਦਰ ਕਹਿੰਦੇ ਨਹੀਂ ਇੱਥੇ ਨਹੀਂ ਅਟ ਟਾਈ ਟਾਈ ਨੂੰ ਦੇਣਾ ਪੜਨਾ ਕਿਉਂ ਹਾਂ ਤੁਹਾਡੇ ਨਾਲ ਕੁੱਟ ਮਾਰ ਵੀ ਕੀਤੀ ਸੀ ਹਾਂ ਮੈਂ ਛਾਤੀ ਚ ਮੱਕੀਆ ਮਾਰਿਆ ਉਹਨੇ ਕੁੜੀ ਨੇ ਤਾਂ ਦੱਤਾ ਤਾਂ ਹੈ ਆ ਆਏ ਕਿ ਦੋਕਾ ਦਾਦੀ ਦੇ ਪਿੱਛੇ ਸਿੱਟੀ ਹੋਈ ਆ ਨਾ ਕੁੜੀ ਨੂੰ ਹੋਰ ਚੋਦੀ ਆ ਹਾਂ ਆਏ ਮੇਰੀ ਅਬਾ ਫੜ ਕੇ ਦੋਨੇ ਹੱਥ ਖਿੱਚ ਖਿੱਚ ਕੇ ਤਾਂ ਕਾਵੇਂ ਕੱਢਦਾ ਸਿਰ ਤਾਂ ਨਹੀਂ ਮੇਰਾ ਫਟਾ ਮੇਰੇ ਫੇਰੇ ਸਾਰੇ ਪਾਸੇ ਛੱਟ ਲੱਗੀ ਮਹੀਨਾ ਸੇਕ ਦੇ ਦੇ ਕੇ ਰਾਜੀ ਕਰਿਆ ਸੀ ਹਾਂ ਕਿਨੇ ਮਾਰੇ ਸੀ ਤੁਹਾਨੂੰ ਹਾਂ ਅਬ ਹੁਣੇ ਬਹੂ ਨੇ ਮਾਰਿਆ ਤੇ ਤੁਹਾਡੇ ਪੁੱਤ ਨੇ ਕੁਝ ਨਹੀਂ ਕਿਹਾ ਨਾ ਚਾਂਗਾ ਮਾਰਦੀ ਹੁੰਨੀ ਤੇ ਜਨ ਮੇਰੀ ਕੁੜੀ ਅੱਗ ਜਾਲ ਕੇ ਥੇਕ ਦਿਨ ਦਿੱਤੀ ਮੇਰੇ ਪੁੱਛਦਾ ਨਾ ਪੁੱਛਿਆ ਇਹਨੇ ਮੈਂ ਤੈਨੂੰ ਕੀ ਹੋ ਗਿਆ ਕੀ ਕੀ ਤੇਰੇ ਮਾਰਿਆ ਕੀਨੇ ਮਾਰਿਆ ਨਾ ਤੁਹਾ ਮਾਤਾ ਜੀ ਕਿੰਦੰਦਰ ਲੱਗਦਾ ਹੈ ਕਿ ਤਿੰਨ ਪੁੱਤ ਸੀ ਮਾਵਾਂ ਪੁੱਤ ਦਾ ਆਸਰਾ ਲੈਂਦੀਆਂ ਨੇ ਤਿੰਨ ਪੁੱਤ ਸੀ ਦੁਰ ਰਹੇ ਨਹੀਂ ਇੱਕ ਪੁੱਛਦਾ ਨਹੀਂ ਜਿੰਨਾ ਚਿਰ ਤਾ ਲੈਣੇ ਸੀ ਪੈਸੇ ਹਰ ਮਹੀਨੇ 2000 ਮਿਠਣ ਲੈ ਕੇ ਸੌਦੇ ਲਿਆਉ ਨੂੰ ਹਰ ਮਹੀਨੇ ਜਿੰ ਜਦ ਕਦੇ 4000 ਲੈਣ ਦੇ ਦੇ ਬਿਚਾ ਨੂੰ ਮੈਂ ਤੁਹਾਨੂੰ ਕਹ ਨਹੀਂ ਮੈਂ ਸਾਰਾ ਮਕਾਨ ਦਸਮਾਨ ਮਾਇ ਲਿਆ ਮੈਂ ਹਾਂ ਤੇ ਨਾ ਕਮਰੇ ਤੁਸੀਂ ਘਾ ਨਹੀਂ ਗਏ ਬੜਾ ਹੀ ਨਹੀਂ ਹੈ ਧੋਵੋ ਸਾਲ ਸਰੀਆ ਲੈ ਕੇ ਰੱਖਿਆ ਪਿਆ ਰਿਆ ਮੇਰਾ ਮੋਟਾ ਲੈ ਨਟਰ ਪਾਉਂ ਨੂੰ ਦਾ 6000 ਰੁਪਏ ਲੈ ਕੇ ਦਿੱਤੀ। ਦੀ ਬੋਰਾਂ ਸੀਮੈਂਟ ਦੀਆਂ। ਹੂੰ। 2 ਮਹੀਨੇ ਕੋਲੇ ਰੱਖੇ ਮਿਸਤਰੀਆਂ ਬਿਆੜੀਆਂ ਨੇ। 15000 ਫੇਰ ਦਿੱਤਾ। ਹੂੰ। ਜਾਣੀਂ ਦੀ। 2 ਮਹੀਨੇ ਮੈਂ ਖਾੜੀ ਦਿਹਾੜੀ ਰਾਤ ਨੂੰ ਮੈਂ ਰੱਖੀ ਰੱਖ ਦਿੱਤੀ। ਆਪ ਬਤਾਓ ਸਾਹਮਣੇ ਘਰ ਉਹ ਖਾਲੀ ਛੋਟ। ਉੱਤੇsman ਰੱਖ ਕੇ ਆਵਤੀ ਮੈਂ ਤਾਂ ਆਪ ਕੋਲੇ ਰਹਿ ਕੇ ਬਣ ਮਾਇਆ ਜੀ ਸੋ ਮਾ ਤਾਂ ਤੁਹਾਡਾ ਗੁਜ਼ਾਰਾ ਕਿਸ ਤਰੀਕੇ ਨਾਲ ਚੱਲਦਾ ਹੁਣ ਹੁਣ ਕਿੱਦਾਂ ਗੁਜ਼ਾਰਾ ਚੱਲੇ ਹੈ ਗਈ ਫਿਰ ਤਾਂ ਉਹ ਲੈ ਕੇ ਆ ਨਿਆ ਉਹ ਨਿਆ ਹੁਣ ਤਾਂ ਸੌਦਾ ਕਿੱਦਾਂ ਹੁੰਦਾ ਕਰੇ ਹੈ ਸੌਦਾ ਕਿੱਦਾਂ ਹੁੰਦਾ ਕਰੇ ਸਾਡਾ 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 ਖਾਣਾ ਖਲਦਾ ਆਉਂਦਾ ਗੁਰਦੋਂ ਆ ਰਿਆਂ ਤਾਂ ਪੋਹੇ ਲੈ ਕੇ ਕਹਿੰਦੇ ਪਾਂਡਾ ਤਾਂ ਤੁਹਾਡੇ ਕੋਲ ਗਈ ਹੈ ਨਹੀਂ ਰੋਟੀ ਬਣਾਉਂ ਹਾਂ ਹਾਂ ਸੋ ਗੁਰਦੁਆਰੇ ਤੋਂ ਲੰਗਰ ਖਾਉਂਦੇ ਹਾਂ ਹੋਰ ਚਲੋ ਗੁਰਦੁਆਰੇ ਆਏ ਹਨ ਤੁਸੀਂ ਸਾਨੂੰ ਪਤਾ ਆਉਂਦੀਆਂ ਸੀ ਆ ਜਾਂਦੀ ਗੁਰਦੁਆਰਾ ਇਹ ਬਹੁਤ ਮੈਂ ਤੁਹਾਨੂੰ ਦਫੀਆ ਨਹੀਂ ਮੈਂ ਸੇਵਾ ਕਰਦੀ ਰਹੀ ਬਹੁਤ ਚਿਰ ਬਹੁਤ ਮੇਰਾ ਮਾਣ ਕਰਦੇ ਨੇ ਕਹਿੰਦੇ ਮਹਤਾ ਜੋ ਚੀਜ਼ ਦੀ ਲੋੜ ਆ ਲੈ ਜਾ ਤੈਨੂੰ ਜਵਾਬ ਨਹੀਂ ਹਾਂ ਉਹ ਹਨਾ ਲੈ ਜਾ ਚਾ ਵੀ ਇੱਥੋਂ ਲੈ ਜਾ ਬਣੀ ਹੋਈ ਤੈਨੂੰ ਕਿਸੇ ਚੀਜ਼ ਤੋਂ ਜਵਾਬ ਨਹੀਂ ਗਾ ਪਰ ਕਹਿੰਦੇ ਤੇਰੀ ਅਸੀਂ ਪਿੰਡ ਦੇ ਨਹੀਂ ਗਏ ਜੈਸੀ ਪਿੰਡ ਦੇ ਹੁੰਦੇ ਤੈਨੂੰ ਕੱਦੀ ਘਰ ਬਾੜ ਹੈ ਹੁੰਦੇ ਜੀ ਸਾਰੇ ਬਾੜੋਂ ਕਾਰ ਸਾਬਾ ਕਹਿੰਦੇ ਨਹੀਂ ਨਾ ਨੂੰ ਸਾਰੇ ਬਾੜੋਂ ਆਏ ਹੋ ਇਹਨੇ ਹਾਂ ਜਿੰਨਾ ਨੇ ਗੁਰਦੁਆਰਾ ਰਾਈਕਾ ਕੋਲੇ ਬਣਾਇਆ ਉਹਦੇ ਨੂੰ ਬਾਜ ਗਰਜੀ ਤਾਂ ਉਹ ਸਾਰਿਆਂ ਤੋਂ ਇੱਕ ਮੰਡਾ ਜੰਭੂ ਦਾ ਛੋਟਾ ਜੀਤੀ ਬਾਤ ਦਰਾਓ ਉਹ ਉਹ ਦੋਨੇ ਖਾਰਾ ਚੀ ਲੈਂਦੇ ਨੇ ਦੇਂਦੇ ਜਾਣੀ ਦੀ ਹੁਣ ਚੌਲ ਭਗ ਹਰੇਕ ਕਰੋ ਮੋਰੀ ਕਣਕ ਹਜੂਰ ਸਾਪੇ ਨੇ ਜੀ ਗੁਰਦੁਆਰੇ ਅੰਦਰ ਮਾਤਾ ਜੀ ਦੀ ਬੇਟੀ ਵੀ ਇੱਥੇ ਸਾਡੇ ਨਾਲ ਮੌਜੂਦ ਹੈ ਜੋ ਕਿ ਕਾਫੀ ਲੰਬੇ ਅਰਸੇ ਤੋਂ ਸੰਭਾਲਦੇ ਆਏ ਨੇ ਕਿੰਨਾ ਚਿਰ ਹੋ ਗਿਆ ਮਾਤਾ ਜੀ ਨੂੰ ਤੁਸੀਂ ਆਪਣੇ ਕੋਲ ਹੀ ਰੱਖ ਅੱਗੇ ਤਾਂ ਜੀ ਮੈਂ ਪਹਿਲਾਂ ਮਾਤਾ ਜੀ ਦਾ ਵੀ ਆਪਰੇਸ਼ਨ ਕਰਾਇਆ ਮਾਤਾ ਜੀ ਨੂੰ ਜਦੋਂ ਅੱਖਾਂ ਦਾ ਆਪਰੇਸ਼ਨ ਕਰਾਇਆ ਸੀ ਫਿਰ ਮੇਰੇ ਤਾਇਆ ਜੀ ਦਾ ਲੜਕਾ ਮਰ ਗਿਆ ਮਾਤਾ ਰੋਂਦੀ ਰਹੀ ਉਹਦੇ ਕਰਕੇ ਅੱਖਾਂ ਦਾ ਥੋੜਾ ਜਿਹਾ ਫਰਕ ਪੈ ਗਿਆ ਫਿਰ ਹੌਲੀ-ਹੌਲੀ ਵੀ ਜਦੋਂ ਕਮ ਜਿੰਨੇ ਕੁ ਜੋਗੀ ਸੀ ਆਪਦਾ ਕਿਰਿਆ ਸੋਰਦੀ ਫਿਰਦੀ ਸੀ ਫਿਰ ਮਾਤਾ ਜੀ ਦਾ ਪਿੱਤੇ ਦਾ ਆਪਰੇਸ਼ਨ ਕਰਾਇਆ ਪਥਰੀਆਂ ਸੀ ਫਿਰ ਮਾਤਾ ਜੀ ਦੇ 4.5 ਕਿਲੋ ਦੀ ਰਸੌਲੀ ਨਿਕਲੀ ਫਿਰ ਮੈਂ ਮਾਤਾ ਜੀ ਨੂੰ ਫਿਰ ਮੈਂ ਡੱਬਾ ਵਾਲੀ ਲੈ ਜਾਂਦੀ ਸੀ ਉੱਥੇ ਆਪਰੇਸ਼ਨ ਕਰਾ ਕੇ ਦੋ-ਦੋ ਮਹੀਨੇ ਢਾਈ-ਢਾਈ ਮਹੀਨੇ ਮੈਂ ਆਪਦੇ ਕੋਲੇ ਰੱਖਦੀ ਸੀ ਜਦੋਂ ਮਾੜੀ-ਮੋਟੀ ਵੀ ਕਹਿ ਰਹੀਦੀ ਮੈਂ ਆਪਦੇ ਪਿੰਡ ਜਾਣਾ ਫਿਰ ਇਹਨੂੰ ਮੈਂ ਛੱਡ ਜਾਂਦੀ ਸੀ ਫਿਰ ਮਾਤਾ ਜੀ ਨਾ 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 ਦੂਈ ਵੀ ਗਿਆ ਨਾ ਕਿਸੇ ਨੇ ਆ ਇਹਨੂੰ ਆਇਨੀ ਪੁੱਛਿਆ 8 ਸਾਲ ਕਰਾਈ ਤੇ ਰਹੀ ਨਾਲ ਮੇਰਾ ਦੋਤਾ ਜਿਹੜੇ ਜੀਣਾ ਹੁਣ ਅਸੀਂ ਚੁੰਨੀ ਚੜਾ ਭਾਈ ਕਰਿਆ ਹਾਂ 8 ਸਾਲ ਮੇਰੇ ਕੋਲੇ ਰਿਹਾ ਕੰਮ ਤੇ ਲੱਗ ਗਿਆ ਤਨਖਾਹ ਮੈਨੂੰ ਮਹਤਾ ਇਹ ਤੇਰੀ ਹੈ ਮੈਂ ਨਹੀਂ ਲੈਣੀ ਖਾਲਾ ਰੱਖ ਲੈ ਇਹ ਮੈਂ ਮੈਂ ਤੇ ਮੁੜ ਕੇ ਨਹੀਂ ਲੈਣੀ ਇੱਕ ਬੇਚ ਪੜਾ ਦੇਣਾ ਸੀ ਫਿਰ ਮੈਂ ਲੈ ਵੀ ਜਾਂਦੀ ਸੀ ਜੀ ਛੱਡ ਵੀ ਜਾਂਦੀ ਸੀ ਉਹ ਮੇਰੇ ਆਪਦੇ ਹਸਬੰਦ ਕੰਮ ਕਰਦੇ ਸੀਗੇ ਮੈਂ ਵੀ ਉੱਥੇ ਸਕੂਲ ਪ੍ਰਿੰਸੀਪਲ ਦੇ ਘਰੇ ਕੰਮ ਕਰਦੀ ਸੀ ਮੇਰੇ ਬੱਚੇ ਵੱਡੇ ਵੱਡੇ ਸੀ ਮੈਂ ਵੀ ਨੋ ਆ ਗਈ ਘਰੇ ਵੱਡਾ ਲੜਕਾ ਵਿਆਹਤਾ ਮੈਂ ਵੱਡੇ ਲੜਕੇ ਦੇ ਵਿਆਹ ਤੇ ਗਏ ਨੇ ਇਹਨਾਂ ਨੇ ਮੈਨੂੰ ਕੁਝ ਨਹੀਂ ਦਿੱਤਾ ਸੋ ਜਿਹੜੀ ਪੋਤੀ ਦੀ ਗੱਲ ਕਰਦੇ ਉਹ ਕਿੱਥੇ ਕੌਣ ਉਹ ਤਰੀਕੀ ਕਿਰਾਏ ਤੇ ਨੇ ਅੱਜ ਉਹ ਚੰਡੀਗੜ੍ਹ ਗਏ ਹੋਣੇ ਬੱਚੇ ਘੁੰਮਣ ਫਿਰਨੇ ਵਾਸਤੇ ਤੁਹਾਡੇ ਬੱਚੇ ਨੇ ਹਾਂ ਮੇਰੇ ਲੜਕੇ ਹੀ ਆ ਜੀ ਛੋਟਾ ਤੇ ਵੀ ਛੱਡ ਜਾਂਦੀ ਸੀ ਫਿਰ ਮੇਰਾ ਲੜਕਾ ਰਹਿਣ ਲੱਗ ਗਿਆ ਇਹਦੇ ਕੋਲੇ ਉਹ ਪੜ੍ਹ ਕੇ ਆ ਗਿਆ ਸੀ ਆਪਦੀ 8 9 ਕਰਕੇ ਇੱਥੇ ਰਹਿਣ ਲੱਗ ਗਿਆ ਕੰਮ ਸਿੱਖ ਕੇ ਉਹ ਵੀ ਗੱਡੀ ਚ ਚਲਾਉਣ ਲੱਗ ਗਿਆ ਜਦੋਂ ਗੱਡੀ ਚ ਚਲਾਉਣ ਲੱਗ ਗਿਆ ਤੇ ਮੁੜ ਕੇ ਉਹ ਇਹਦੇ ਕੋਲੇ ਰਹਿਣ ਲੱਗ ਗਿਆ ਚੱਲ ਇਹ ਰੋਟੀ ਬਣਾ ਲੈਂਦੀ ਸੀ ਉਹ ਦਾਲ ਸਬਜ਼ੀ ਬਣਾ ਲੈਂਦਾ ਸੀ ਆ ਜੋ ਤੇ ਕਹਿਣ ਲੱਗੇ ਵੀ ਮੈਂ ਦਾਲ ਸਬਜ਼ੀ ਕਰ ਲੈਂਦਾ ਸੀ ਕੱਪੜੇ ਵੀ ਧੋ ਲੈਂਦੇ ਸੀ ਨਾਨੀ ਧੋਤਾ ਰਲ ਕੇ ਆਪਾਂ ਕਿਉਂ ਕਹੀਏ ਪਰ ਕਿਸੇ ਨੇ ਇਹਦੇ ਕੱਪੜੇ ਨਹੀਂ ਅੱਜ ਨਹੀਂ ਪਰ ਕਦੋਂ ਕਿਸ ਟਾਈਮ ਇਹਨਾਂ ਨੂੰ ਕੱਢਿਆ ਗਿਆ ਇਹਨਾਂ ਦੇ ਘਰ ਤੋਂ ਹੁਣ ਤਾਂ ਸਾਨੂੰ ਜਣੀ ਸਮਝ ਨੋ ਵੀ ਆਹ ਹਣ 19 ਮੈਂ ਨੂੰ ਮੈਂ ਸਮਾਰ ਕੇ ਗਈਆਂ 20 ਨੂੰ ਸਾਨੂੰ ਜਮਾ ਹੀ ਤਾਲਾ ਕਿਵੇਂ ਆਉਂਦੀ ਸੀ ਘਰ ਬਾਰ ਕੋਲ ਕੇ ਮੇਰੀ ਪੇਟੀ ਪਈ ਆ ਅੰਦਰ ਸਮਾਨ ਪਿਆ ਸਾਡਾ ਅੰਦਰ ਭਾਂਡੇ ਬਰਤਨ ਮਾਜ ਕੇ ਗਈਆਂ ਕੁੱਕਰ ਵਗੈਰਾ ਪ੍ਰਾਂਤਾਂ ਵਗੈਰਾ ਸਾਰਾ ਕੁਝ ਰੱਖ ਕੇ ਗਈਆਂ ਵਿਆਹ ਚ ਜਦੋਂ ਆਪਣਾ ਸਮਾਨ ਵਾਟੇ ਜਾਂਦਾ ਫਾਲਤੂ ਭਾਂਡੇ ਆ ਪਸਾਂਭਣਾ ਉਹਨੇ ਮੈਂ ਸਾਮ ਕੀ ਗਈ ਹੁਈਆਂ 19 ਨੂੰ ਵੀ ਮੈਂ ਸਮਾਰ ਕੇ ਗਈਆਂ 20 ਨੂੰ ਉਸ ਹੀ ਆਉਣਾ ਸੀ 20 ਨੂੰ ਜਦੋਂ ਅਸੀਂ ਆਉਣਾ ਸੀ ਆਉਂਦਿਆਂ ਨੂੰ ਇਹਨਾਂ ਨੇ ਤਾਲਾ ਹੀ ਸਾਡਾ ਤੋੜ ਕੇ ਆਬਦਾ ਲਾ ਲਿਆ ਜਦੋਂ ਆਬਦਾ ਲਾ ਲਿਆ ਫਿਰ ਅਸੀਂ ਆ ਆ ਵੀ ਸੀਗਾ ਪੁੱਛਿਆ ਨਹੀਂ ਕਿ ਕਿਉਂ ਆਪਦਾ ਤਾਲਾ ਜਿਹੜਾ ਉਹ ਲਗਾਇਆ ਤੁਸੀਂ ਜਾਂ ਮਾਤਾ ਜੀ ਨੂੰ ਕਿਉਂ ਨਹੀਂ ਅੰਦਰ ਜਾਣ ਦੇ ਰਹੇ ਇਹ ਤੁਹਾਨੂੰ ਵੀ ਨਹੀਂ ਅੰਦਰ ਦੀ ਨਹੀਂ ਕੋਈ ਜੀ ਨਹੀਂ ਸਾਡੇ ਤੋਂ ਗਿਆ ਸੀ ਲੜਾਈ ਤੋਂ ਡਰਦੇ ਸੀ ਮੇਰਾ ਲੜਕਾ ਨਾ ਇਹ ਉਹਦੇ ਨਾਲ ਸ਼ੁਰੂ ਤੋਂ ਹੀ ਹੁਣ ਖੁੰਦਕ ਖਾਂਦੀ ਆ ਛੋਟੀ ਲੜਕੀ ਨਾਲ ਅੱਛਾ ਜਿਉਂ ਬਸ ਉਹ ਆਇਆ ਉਦੋਂ ਤੋਂ ਹੀ ਖੁੰਦਕ ਖਾਂਦੀ ਸੀ ਉਹ ਜਦੋਂ 3 ਸਾਲ ਦਾ ਉਹ ਤੇ ਡਰਾਈਵਰੀ ਦਾ ਕੇਸ ਸੀ ਇਹ ਕਹਿੰਦੀ ਆ ਲੋਕਾਂ ਨੂੰ ਵੀ ਉਹਦੇ ਤੇ ਚਿੱਟੇ ਦਾ ਕੇਸ ਸੀ ਉਹ ਕਹਿੰਦਾ ਵੀ ਰਿਕਵਰੀ ਕਢਾਉਂਗਾ ਨਾ ਉਹ ਵੀ ਸਾਲ ਵਾਲਿਆਂ ਨੂੰ ਮੈਂ ਕੇਸ ਦਊਂਗਾ ਵੀ ਜੇ ਇਹਦੇ ਬਿਆਨ ਨੋਟ ਕਰਿਆ ਕਰੋ ਤੁਸੀਂ ਹੁਣ ਅਸੀਂ ਜਦੋਂ ਕਿਤੇ ਬਿਆਨ ਦਿੰਦੀ ਆ ਉਹ ਨੋਟ ਕਰਦੇ ਆ ਵੀਡੀਓ ਵਾਲੇ ਦੇਖ ਕੇ ਜਾਂਦੇ ਆ ਸਾਨੂੰ ਇਹ ਤੁਹਾਨੂੰ ਅੰਦਰ ਜਾਣ ਦਿੱਤਾ ਨਾ ਨਾ ਕਿਸੇ ਨੇ ਉਹ ਨਹੀਂ ਕੋਈ ਗਏ ਨਹੀਂ ਇਹਨੇ ਅੰਦਰੋਂ ਵੀ ਗੇਟ ਨੂੰ ਜਿਵੇਂ ਆਪਾਂ ਗੇਟ ਕੋਲਿਆ ਇਹਨੇ ਅੰਦਰੋਂ ਵੀ ਜਿੰਦਾ ਲਾ ਲਿਆ ਤੇ ਉਹਨੂੰ ਵੀ ਦਿੱਤਾ ਫਿਰ ਵੜਨਾ ਕਿੱਥੋਂ ਦੀ ਸੀ ਅਸੀਂ ਫਿਰ ਅਸੀਂ ਕੀ ਕੀਤਾ ਸਾਹਮਣੇ ਚਾਚੀ ਜੀ ਨੂੰ ਕਿ ਆ ਕਵਾਰਾ ਮੈਂ ਆਪਦੀ ਨੋ ਖਾਤਰ ਲਿਆ ਸੀ ਵੀ ਚਲ ਅਸੀਂ ਉਧਰ ਰਹੀ ਜਾਵਾਂਗੇ ਮਾਮਾ ਟੀਆਂ ਉਹ ਇੱਧਰ ਰਹੂਗੀ ਚਲ ਅਸੀਂ ਰੋਟੀ ਇੱਕ ਥਾਵੇਂ ਬਣਾ ਲਿਆ ਕਰਾਂਗੇ ਵੀ ਚਲ ਮੈਂ ਮਾਤਾ ਦੇ ਮਗਰ ਫਿਰ ਤੁਰ ਕਿਸ ਆਪਦਾ ਕਰੀ ਜਾਊਂਗੀ ਤੇ ਵੀ ਅਸੀਂ ਉਮ ਉੱਧਰ ਬੈਠੀਆਂ ਨਾ ਕਰਾਂਗੇ ਚਲ ਬਹੁਤੀ ਐ ਇੱਧਰ ਮੈਂ ਚਾਚੀ ਜੀ ਨੂੰ ਪੁੱਛਿਆ ਅਸੀਂ ਕਮਰਾ ਵੀ ਸਾਨੂੰ 2 ਕੁ ਮਹੀਨੇ ਦੇ ਦਿਓ ਚਲ ਇਹ ਆਖਣ ਲੱਗੇ ਵੀ ਚਲ ਕੋਈ ਨਾ ਲੈ ਲਓ ਫਿਰ ਅਸੀਂ ਇੱਥੇ ਸਮਾਨ ਧਰ ਲਿਆ ਫਿਰ ਕੀ ਕਰਦੇ ਹੁਣ ਕਰਦਾ ਖਰਚਾ ਕਿੱਦਾਂ ਚੱਲਦਾ ਹੈ ਲੰਗਰ ਪਾਣੀ ਜਿਹੜਾ ਉਹ ਕਿਸ ਤਰੀਕਾ ਜਿਹੜਾ ਲੰਗਰ ਪਾਣੀ ਅਸੀਂ ਗੁਰਦੁਆਰਿਆਂੋਂ ਫੁਲਕਾ ਲਿਆਉਨੇ ਆ ਸਵੇਰੇ 10:30 ਵਜੇ ਲੈ ਆਉਨੇ ਆ ਪੰਜ ਫੁਲਕੇ ਮੈਂ ਖਾਇਆ ਆਉਣੀ ਆ ਉਹਦੇ ਵਿੱਚੋਂ ਰਾਤ ਨੂੰ ਮੰਮੀ ਵੀ ਉਹੀ ਖਾ ਲੈਂਦੇ ਆ ਮੈਂ ਵੀ ਉਹਦੇ ਵਿੱਚੋਂ ਹੀ ਖਾ ਲੈਂਦੀ ਆ ਬਸ ਸਵੇਰੇ ਚਾਹ ਦਾ ਕੱਪ ਸੀ ਦੁੱਧ ਲੈਣ ਲੱਗੇ ਬੱਚੇ ਕਹਿੰਦੇ ਦੁੱਧ ਲਵੋ ਚਾਹ ਸਾਡੇ ਕੋਲੇ ਭਾਂਡਾ ਹੈ ਨਹੀਂ ਸੀ ਗਮਾਂਡੀਆਂ ਨੇ ਟੁੱਟਿਆ ਜਾਂ ਟੋਪੀਆਂ ਦੇ ਰੱਖਿਆ ਵਾ ਉਹ ਚਾਹ ਬਣਾ ਲੈਂਦੇ ਆ ਨਹੀਂ ਸੋ ਬਾਕੀ ਜਿਹੜਾ ਖਰਚਾ ਵਗੈਰਾ ਉਹ ਕਿਸ ਤਰੀਕੇ ਨਾਲ ਚੱਲਦਾ ਰੋਟੀ ਤੁਸੀਂ ਦੱਸ ਸਾਡਾ ਹਾਂ ਜਿਹੜਾ ਸਾਡਾ ਬਾਕੀ ਇਹਦੀ ਜਿਹੜੀ ਪੈਸਣ ਮਿਲਦੀ ਆ ਕਿਰਾਇਆ ਵੀ ਅਸੀਂ ਉਹਦੇ ਵਿੱਚੋਂ ਹੀ ਦਿੰਨੇ ਆ ਬਿਜਲੀ ਦਾ ਬਿੱਲ ਵੀ ਆ ਕੱਟਿਓ ਮੇਰਾ ਫੋਨ ਕਿੱਥੇ ਆ ਤੋ ਤੁਸੀਂ ਵੇਖ ਸਕਦੇ ਹੋ ਇਹੀ ਜਿਹੜਾ ਕਮਰੇ ਦੇ ਵਿੱਚ ਰਹ ਰਹਿੰਦੇ ਹੋ ਇਹੀ ਕਮਰਾ ਹੈ ਜਿਸ ਵਿੱਚ ਰਹਿੰਦੇ ਹੋ ਤੁਸੀਂ ਆਹੀ ਕਮਰਾ ਸਾਡੇ ਕੋਲ ਇੰਨਾ ਹੀ ਥਾ ਆ ਮਾਤਾ ਜੀ ਉਹਦੇ ਚਾਚੀ ਜੀ ਦਾ ਸਮਾਨ ਆ ਸਾਡਾ ਨਹੀਂ ਅੱਛਾ ਸਮਾਨ ਉਹਨਾਂ ਦਾ ਹੈ ਪਰ ਇੰਦੇ ਤੁਸੀਂ ਸਾਡਾ ਸਮਾਨ ਸਾਰਾ ਉੱਧਰ ਆ ਆਹ ਸਿਲੰਡਰ ਵੀ ਕਿਸੇ ਦਾ ਚੁੱਲਾ ਵੀ ਕਿਸੇ ਦਾ ਵਾ ਸਾਡਾ ਕੁਝ ਵੀ ਹੈ ਨਹੀਂਗਾ ਕੁਝ ਵੀ ਨਹੀਂ ਹਾਂ ਸੋ ਹੁਣ ਤੁਹਾਨੂੰ ਕੋ ਲਰਵੋ ਦਾ ਹੀ ਆ ਮਾਲਕ ਨਹੀਂ ਦਾ ਹਮ ਨਾ ਸਾਡਾ ਨਹੀਂਗਾ ਪਾਣੀ ਪੀਣਾ ਸੋ ਤੁਹਾਨੂੰ ਹੁਣ ਕਿੰਨਾ ਤੁਹਾਨੂੰ ਕਿੰਨਾ ਟਾਈਮ ਹੁਣ ਹੋਰ ਤੁਹਾਨੂੰ ਲੱਗਦਾ ਕਿ ਬਾਹਰ ਇਦਾਂ ਹੀ ਰਹਿਣਾ ਪਏਗਾ ਕਿਉਂਕਿ ਘਰ ਜਿਹੜਾ ਹੈ ਉਹ ਮਾਤਾ ਜੀ ਦੇ ਨਾਂ ਤੇ ਹੈ ਘਰ ਪਰ ਫਿਰ ਵੀ ਘਰ ਦੇ ਵਿੱਚ ਨਹੀਂ ਤੁਸੀਂ ਰਹਿ ਪਾ ਰਹੇ ਹੋ ਸੋ ਕਿੰਨਾ ਟਾਈਮ ਤੁਹਾਨੂੰ ਲੱਗਦਾ ਬਾਹਰ ਹੀ ਕੱਢਣਾ ਪਏਗਾ ਨਹੀਂ ਕੱਢਣਾ ਪੈਂਦਾ ਸਾਡੀ ਸਾਰੀ ਪ੍ਰੋਸੈਸ਼ਨ ਨੂੰ ਜਿੰਨੇ ਵੀਡੀਓ ਵਾਲੇ ਆਉਣੇ ਸਭ ਨੂੰ ਸਾਡੀ ਇਹੀ ਹੈ ਸਾਰੇ ਸਾਡੇ ਨਾਲ ਸਾਥ ਦੇਵੋ ਕਿ ਸਾਨੂੰ ਸਾਡੇ ਘਰੇ ਵਾੜੋ ਅਸੀਂ ਕੁਝ ਨਹੀਂ ਮੰਗਦੇ ਉਹਨਾਂ ਤੋਂ ਨਾ ਮੰਗਿਜੀ ਨਾ ਮੈਨੂੰ ਕੋਈ ਜ਼ਰੂਰਤਵਾ ਨਾ ਮੇਰੀ ਮਾਂ ਨੂੰ ਕੋਈ ਜ਼ਰੂਰਤਵਾ ਸਾਨੂੰ ਕਾਸੀ ਦੀ ਨਹੀਂ ਲੋੜ ਅਸੀਂ ਆਪਦੇ ਘਰੇ ਰਹਾਂਗੇ ਜਿਹੜਾ ਅਸੀਂ ਕਿਰਾਇਆ ਪਰਦਾ ਉਹਦਾ ਅਸੀਂ ਰਸਣ ਪਾਣੀ ਲਿਆਇਆ ਕਰਾਂਗੇ ਦੁੱਧ ਲੈ ਕੇ ਆਪਦਾ ਘਰੇ ਫੁਲਕਾ ਬਣਾਇਆ ਕਰਾਂਗੇ ਮਾਂਮਾ ਢੀਆਂ ਗਰਮ ਖਾਇਆ ਕਰਾਂਗੇ ਫਿਰ ਅਸੀਂ ਗੁਰਦੁਆਰੇ ਕਿਉਂ ਜਾਇਆ ਕਰਾਂਗੇ ਅਸੀਂ ਉੱਥੇ ਵੀ ਬਾਬਾ ਜੀ ਨੂੰ ਦਾਨ ਦੇ ਕੇ ਆਉਂਨੇ ਆ ਗੁਰਦੁਆਰੇ ਮਾਤਾ ਜੀ ਚਾਹੁੰਦੇ ਹੋ ਕਿ ਜਲ ਤੋਂ ਜਲਦ ਤੁਸੀਂ ਆਪਣੇ ਘਰ ਵਾਪਸੀ ਲੈ ਲਓ ਹਾਂ ਜੇ ਮੈਂ ਆਪਣੇ ਘਰ ਜਾਵਾਂ ਮੈਂ ਤਾਂ ਮੈਂ ਤਾਂ ਇੰਨੀ ਔਖੀਆਂ ਇੱਥੇ ਜਿਹਦਾ ਕੋਈ ਹਿਸਾਬ ਨਹੀਂ ਫੁਲਕਾ ਵੇੜਾ ਦੀ ਉੱਥੇ ਸਾਡਾ ਮੈਂ ਤਾਂ ਬਾਹਰ ਮੰਝੜਾ ਹ ਲੈਣਾ ਹੁਣ ਉੱਥੇ ਪੜਸ਼ਾਮ ਆਈ ਤੇ ਬੀਚ 7 ਵਜੇ ਤੱਕ ਉੱਥੇ ਬੈਠਣਾ ਇਸ ਤਗਲੀ ਤੇ ਬੈਠਣਾ ਮੈਂ ਤਾਂ ਬਹੁਤ ਔਖੀ ਆ ਨਾ ਜੀ ਨਾ ਹ ਸੋਇ ਕਮਰਾ ਹੈ ਜਿਸ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ ਕਹਿਣਾ ਇਹਨਾਂ ਦੇ ਹੈ ਨਾ ਕੋਈ ਕਾਕੀ ਨਾ ਕੋਈ ਪਹਿਲਾਂ ਮੈਨੇ ਕਿਦਰ ਦੇ ਹਾਂ ਮੈਂ ਮਤਲਬ ਢਿਨੇ ਬਣੀ ਹੈ ਛਪੰਦੀ ਮੰਤਾ ਬਾਹਰ ਮੰਦਰਾ ਤਾਂ ਵੀਡੀਓ ਸੜਕ ਤੇ ਖੜੀ ਹੁੰਨੀ ਆ ਹੂੰ ਇਹ ਤੁਹਾਨੂੰ ਗੁਰਦੁਆਰੇ ਨੂੰ ਸੋ ਕਹਿੰਦੇ ਕਿ ਪੂਰਾ ਦਿਨ ਬਾਹਰ ਹੀ ਰਹਿੰਦੇ ਹੋ ਕਿਉਂਕਿ ਕਮਰਾ ਵੀ ਤੁਸੀਂ ਵੇਖ ਸਕਦੇ ਹੋ ਕਿ ਕੋਈ ਵੈਂਟਿਲੇਸ਼ਨ ਦਾ ਜਿਹੜਾ ਜ਼ਰੀਆ ਉਹ ਨਹੀਂ ਹੈਗਾ ਸੋ ਇਹਨਾਂ ਦੁਆਰਾ ਏਸੀ ਕਮਰੇ ਦੇ ਵਿੱਚ ਜੋ ਕਿ ਆਂਟਕਵਾਂਡ ਵਾਲਿਆਂ ਨੇ ਜਿਹੜਾ ਉਹਨਾਂ ਦਾ ਇੱਕ ਕਮਰਾ ਲੈ ਕੇ ਉਸ ਦੇ ਵਿੱਚ ਹੀ ਦੋਨੋਂ ਜਾਣੇ ਜਿਹੜਾ ਉਹ ਗੁਜ਼ਾਰਾ ਕਰਦੇ ਪੈਣਾ ਸੋ ਮਾਤਾ ਜੀ ਦੇ ਨਾਲ ਉਹਨਾਂ ਦੀ ਬੇਟੀ ਇਸੇ ਤਰੀਕੇ ਦੇ ਨਾਲ ਨਾਲ ਰਹਿੰਦੇ ਨੇ ਤਾਂ ਕਿ ਉਹਨਾਂ ਦੀ ਜਿਹੜੀ ਹੈ ਉਹ ਸਹਾਇਤਾ ਹੋ ਸਕੇ ਰੋਟੀ ਪਾਣੀ ਉਹਨਾਂ ਨੂੰ ਮਿਲ ਸਕੇ ਅਤੇ ਜੋ ਵੀ ਜ਼ਰੂਰਤਮੰਦ ਚੀਜ਼ਾਂ ਨੇ ਕਰੋ ਬਾਹਰ ਨਿਕਲਣ ਤੋਂ ਬਾਅਦ ਆਪਦੇ ਹੀ ਬੇਟੇ ਦੇ ਨਾ ਪੁੱਛਣ ਤੋਂ ਬਾਅਦ ਹੁਣ ਅੱਜ ਮਾਤਾ ਜੀ ਇੱਥੇ ਆਪਣੀ ਬੇਟੀ ਦੇ ਨਾਲ ਇਸੇ ਕਮਰੇ ਦੇ ਵਿੱਚ ਰਹਿ ਰਹੇ ਨੇ ਸੋ ਇਹ ਮਾਤਾ ਜੀ ਦਾ ਆਕਰ ਹੈ ਜਿਸ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾਈਆਂ ਗੱਲਬਾਤ ਕੀਤੀ ਹੈ ਕਿ ਜਿੱਥੇ ਉਹ ਰਹਿ ਰਹੇ ਨੇ ਕਿਰਾਏ ਦੇ ਉੱਤੇ ਜੋ ਕਿ ਉਹਨਾਂ ਦੇ ਗਵਾਂਢੀ ਦਾ ਘਰ ਹੈ ਪਰ ਇਸ ਦੇ ਨਾਲ ਹੀ ਇਹ ਮਾਤਾ ਜੀ ਦਾ ਆਪਦਾ ਘਰ ਹੈ ਸੋ ਇਹ ਉਹਨਾਂ ਦਾ ਘਰ ਹੈ ਕਮਰੇ ਤੁਸੀਂ ਵੇਖ ਸਕਦੇ ਹੋ ਜਿੰਦੇ ਲੱਗੇ ਹੋਏ ਨੇ ਪਰਿਵਾਰ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ ਅਸੀਂ ਪਰਸਨ ਅਸੀਂ ਫਸਟ ਟਾਈਮ ਦੇਦਾ ਸਾਡਾ ਸਰਪੰਚ ਸਾਹਿਬ ਦਿੰਦੇ ਵਰਸ ਅਸੀਂ ਨਹੀਂ ਦਿੰਦੇ ਸਾਡੇ ਸਰਪੰਚ ਸਾਹਿਬ ਦਿੰਦੇ ਆ ਅੱਛਾ ਹਾਂ ਅਸੀਂ ਉਹ ਕਹਿੰਦੇ ਜਦੋਂ ਇਹਨਾਂ ਨੇ ਹਟੇ ਨਹੀਂ ਹੈਗਾ ਝੂਠ ਦੀ ਵੱਡ ਲਾਇਆ ਹੋਇਆ ਨਾ ਝੂਠ ਵੱਢੀ ਜਾਂਦੇ ਇਹ ਇਹ ਆਪ ਤਾਂ ਨਹੀਂ ਦੱਸਦੇ ਵੀ ਸਾਡਾ ਮੁੰਡਾ ਜੱਕ ਕਿੱਥੋਂ ਆਇਆ ਹੋਇਆ ਚਿੱਟੇ ਚੋਂ ਆਇਆ ਮੇਰੇ ਨਰੰਦ ਦਾ ਸਾਡੀ ਦਾ ਰੋਲਾ ਜੀ ਮਾਤਾ ਨੂੰ ਸਾਡਾ ਕੋਈ ਮਨਾਈ ਨਹੀਂ ਮਾਤਾ ਜਦੋਂ ਮਰਜ਼ੀ ਆ ਜਾਵੇ ਸਾਡੇ ਦਰਵਾਜ਼ੇ ਖੁੱਲੇ ਆ ਜਿਹੜੀ ਇਹ ਨਰੰਦ ਦਾ ਇਹਦਾ ਮੁੰਡਾ ਚਿੱਟੇ ਚ ਹੋਇਆ ਜੀ ਥ੍ਰੀ ਕੇ ਰਹਿੰਦਾ ਇਹ ਸਾਡੇ ਕੋਠੇ ਟੱਪ ਕਹਿੰਦਾ ਗੇਟ ਟੱਪ ਟੱਪ ਕਿਉਂਦੇ ਆ ਕਿ ਐਸੇ ਇਹਨਾਂ ਨੇ ਸਾਡੇ ਤੇ ਕੀਤਾ ਸਾਡਾ ਕੇਸ ਚੱਲਦਾ ਕੋਰਟ ਚ ਜਦੋਂ ਅਸੀਂ ਕਿਹਾ ਕੋਰਟ ਫੈਸਲਾ ਕਰੇਗਾ ਉਹ ਮਨਜ਼ੂਰ ਆ ਸਨ ਉਹ ਨਹੀਂ ਫਿਰ ਪੁਲਿਸ ਦੇ ਜਾਂਦੇ ਉੱਥੇ ਨਹੀਂ ਇਹ ਜਾਂਦੇ ਡਿਫਟੀ ਦੇ ਇਹਨਾਂ ਨੇ ਅਰਜੀ ਲਈ ਉੱਥੇ ਆਪ ਭੱਜ ਜਾਂਦੇ ਅਸੀਂ ਹਰ ਥਾਂ ਤੇ ਪੇਸ਼ ਹੁੰਨੇ ਆ ਹੁਣ ਇਹ ਮੀਡੀਆ ਨੂੰ ਬਾਰ-ਬਾਰ ਸੱਦੀ ਜਾਂਦੇ ਜਿਵੇਂ ਪਾਗਲ ਫਿਰ ਅਸੀਂ ਅਫਸੈਟ ਹੋਏ ਪਿਆ ਜੀ ਉਸਕੇ ਸਾਡਾ ਸਰਪੰਚ ਕਹਿੰਦਾ ਮੈਂ ਦਊਗਾ ਬਿਆਨ ਸਾਡੀ ਪਿੰਡ ਸਾਡੇ ਨਾਲ ਆ ਉਹ ਕਹਿੰਦੇ ਅਸੀਂ ਬਿਆਨ ਦਵਾਂਗੇ ਇਹਨਾਂ ਨੇ ਕਹਿੰਦਾ ਧ ਮਾਤਾ ਨੂੰ ਕੋਈ ਮਨਾਈ ਨਹੀਂ ਸਨ ਮਾਤਾ ਜਦੋਂ ਮਰਜੀ ਆ ਜਾਵੇ ਸਾਡੀ ਮਾਤਾ ਬਾਕੀ ਜਗਾ ਜਗਾ ਸਾਡੀ ਆਪ ਦੀ ਖਰੀਦੀ ਹੋਈ ਮੈਡਮ ਜੀ ਸਾਡੇ ਕੋ ਕਾਗਜ਼ ਪੁੱਤਰ ਸਾਡੇ ਸਾਡਾ ਜੱਦੀਕਰ ਉਹ ਸੀ ਉਹ ਜਿਹੜਾ ਛੋਟਾ ਘਰ ਹੈ ਨਾ ਉਹਦੇ ਨਾਲ ਸੀ ਇਹ ਮਾਤਾ ਨੇ ਬੀਚਦਾ ਸੀਗਾ ਇਹਨਾਂ ਨੂੰ ਪਰ ਉਹ ਕਹਿੰਦੇ ਵੀ ਆਪਣਾ ਇਹ ਜਗਾ ਉਹਨਾਂ ਦੇ ਨਾਂ ਤੇ ਹਾਂ ਮੇਰੇ ਹਸਬੰਦ ਦੇ ਨਾਮ ਪੰਚਾਇਤ ਨੂੰ ਪੁੱਛਦਾ ਪੰਚਾਇਤ ਤੋਂ ਲਿੱਤੀ ਸਰਪੰਚ ਸਾਹਿਬ ਨੂੰ ਪੁੱਛਿਆ ਅੱਛਾ ਸਾਡੇ ਕੋ ਸਾਰਾ A to Z ਰਿਪੋਰਟ ਦੇ ਤੁਹਾਨੂੰ ਕਨਵਰਜਨ ਦੇ ਦਿੰਦੇ ਨਾ ਆਪਣਾ ਨਹੀਂ ਹੁਣ ਇਹ ਵੀਡੀਓ ਲੱਗੇ ਉਹਨਾਂ ਨੇ ਵੀ ਇਹੀ ਹੋਈ ਹੈ ਅਸੀਂ ਸਾਡੇ ਸਰਪੰਚ ਸਾਹਿਬ ਦੇਣਗੇ ਠੀਕ ਹੈ ਹੋਰ ਕੁਝ ਨਹੀਂ ਠੀਕ ਹੈ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੀਤੀ ਹੈ ਪਰ ਜਵਾਬ ਇਹੀ ਆਇਆ ਹੈ ਕਿ ਹਜੇ ਕੋਈ ਵੀ ਗੱਲਬਾਤ ਜਿਹੜੀ ਉਹ ਨਹੀਂ ਹੋਏਗੀ ਕੋਈ ਵੀ ਬਿਆਨ ਜਿਹੜਾ ਦੂਜੇ ਪੱਖੋਂ ਨਹੀਂ ਮਿਲਿਆ ਜਾਏਗਾ ਪਰ ਉਹਨਾਂ ਦਾ ਵੀ ਕੁਝ ਹੋਰ ਹੀ ਕਹਿਣਾ ਹੈ ਕਿ ਇਹ ਕਹਾਣੀ ਜਿਹੜੀ ਹੈ ਉਸ ਦਾ ਦੂਜਾ ਪਹਿਲੂ ਕੁਝ ਹੋਰ ਹੀ ਹੈ ਸੋ ਹੁਣ ਸਾਨੂੰ ਵੀ ਨਹੀਂ ਪਤਾ ਕਿ ਅਸਲ ਤੌਰ ਤੇ ਕੀ ਇਸ ਕਹਾਣੀ ਦਾ ਪਹਿਲੂ ਹੋ ਸਕਦਾ ਹੈ ਜਾਂ ਸੀ ਤੁਹਾਨੂੰ ਦੋਨੋਂ ਪਹਿਲੂ ਜਿਹੜੇ ਆ ਉਹ ਇੱਕ ਵਾਰ ਦਿਖਾ ਚੁੱਕੇ ਹੋਏ ਆ ਦੋਨੋਂ ਪਹਿਲੂ ਜਿਹੜੇ ਆ ਉਹ ਤੁਹਾਨੂੰ ਸੁਣਾ ਚੁੱਕੇ ਹੋਏ ਆ ਪਰ ਇੱਕ ਪਾਸੇ ਦੇਖ ਕੇ ਵੀ ਤਰਸ ਆਉਂਦਾ ਕਿ ਕਿ ਜਾਂ 80 ਸਾਲਾਂ ਦੀ ਬਜ਼ੁਰਗ ਮਾਤਾ ਜਿਹੜੀ ਨੇ ਉਹ ਕਿਸ ਤਰੀਕੇ ਦੇ ਨਾਲ ਗਲੀਆਂ ਦੇ ਵਿੱਚ ਰਹਿੰਦੇ ਨੇ ਉਹ ਕਿਸ ਤਰੀਕੇ ਦੇ ਨਾਲ ਗੁਰਦੁਆਰੇ ਦੇ ਵਿੱਚ ਲੰਗਰ ਖਾਂਦੇ ਨੇ ਅਤੇ ਉਸ ਤੋਂ ਬਾਅਦ ਹੀ ਆਪਣਾ ਗੁਜ਼ਾਰਾ ਜਿਹੜਾ ਉਹ ਕਰਦੇ ਨੇ ਸੋ ਕਿਸੇ ਲਈ ਵੀ ਦੇਖਣਾ ਜਿਹੜਾ ਹੈ ਉਹ ਅੱਖਾਂ ਵਿੱਚ ਹੰਝੂ ਲੈ ਕੇ ਆਉਣ ਵਾਲੀ ਹੀ ਗੱਲ ਹੈ ਸੋ ਫੈਸਲਾ ਜਿਹੜਾ ਹੈ ਉਹ ਕਹਾਣੀ ਦਾ ਤੁਸੀਂ ਆਪ ਕਰ ਸਕਦੇ ਹੋ ਜੋ ਤੁਹਾਨੂੰ ਦੋਨੋਂ ਪਹਿਲੂ ਜਿਹੜੇ ਆ ਉਹ ਇੱਕ ਵਾਰ ਸੁਣਾ ਦਿੱਤੇ ਗਏ ਨੇ ਕੈਮਰਾਮੈਨ ਰੋਹਿਤ ਦੇ ਨਾਲ ਮੈਂ ਸ਼ਫਾਲੀ ਦੈਨਿਕ ਸਵੇਰਾ ਟੀਵੀ ਲੁਧਿਆਣਾ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ ਭਾਵੇਂ 649 ਜਾ ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾ ਕਹਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ

ਹੁਣੇ ਕਾਲ ਕਰੋ ਬਾਬਾ सलीम ਖਾਨ 9819937460